हाँ जी सत श्री अकाल दोस्तो, आपां एक ट्रैक्टर बनाउंदे सी नाटकां, उह आपां बना के तैयार कर लिया है। हुण तुहानूं उस बारे जानकारी दिंदे हां कि उह किवें चलदा है। आ सब तों पहलां इसदा रिमोट आ, तुसीं वेख सकदे हो इस ते की कुछ स्टिकर आपां लवाए सीगे, तुहानूं पता लग ही जाऊगा कित्थों की करदा। पर आख्या आपां दस दिंदे हां, इसदी ऑन ऑफ वाली स्विच इस तों ऑन करांगे। ਅਤੇ ਸਭ ਤੋਂ ਪਹਿਲਾਂ ਆਹ ਬੈਕਵਰਡ ਔਰ ਫੋਰਵਰਡ, ਲੈਫਟ ਰਾਈਟ, ਆਹ ਵੀ ਅਪ ਡਾਊਨ ਹੈ ਅਤੇ ਆਹ ਵੀ ਅਪ ਡਾਊਨ ਹੈ। ਇਹ ਤੁਹਾਨੂੰ ਦੱਸਾਂਗੇ ਅਪ ਡਾਊਨ ਕਾਹਦੀ ਕਾਹਦੀ ਹੈ, ਅਤੇ ਆਹ ਪੀ ਟੀ ਓ ਆ। ਹੁਣ ਤੁਹਾਨੂੰ ਦੱਸ ਦਿਓ ਜਿਹੜਾ ਬੈਕਵਰਡ ਔਰ ਫੋਰਵਰਡ ਆ, ਅਤੇ ਫੋਰਵਰਡ ਹੋ ਰਿਹਾ ਟਰੈਕਟਰ, ਅਤੇ ਆਹ ਬੈਕਵਰਡ ਹੋ ਰਿਹਾ ਹੈ। ਦੂਜੇ ਨੰਬਰ ਵਾਲਾ ਪੁਆਇੰਟ ਹੈ ਜਿਹੜਾ ਇਹ ਪੀ ਟੀ ਓ ਦਾ, ਉਹ ਟਰੈਕਟਰ ਦੇ ਬੈਕ ਸਾਈਡ 'ਤੇ ਤੁਹਾਨੂੰ ਖਾ ਰਹੇ ਹਾਂ, ਜੋ ਇਸਦੇ ਬੈਕ ਸਾਈਡ 'ਤੇ ਪੀ ਟੀ ਓ ਲੱਗੀ ਆ। ਆਵੇ ਇਸ ਨੂੰ ਔਨ ਕਰਾਂਗੇ, ਆਹ ਵੇਖ ਸਕਦੇ ਤੁਸੀਂ ਜੋ ਪੀ ਟੀ ਓ ਆ ਇਹ ਆਪਾਂ ਔਫ ਕਰਤੀ ਹੈ, ਠੀਕ ਹੈ। ਅਤੇ ਆ ਜੋ ਆਪਣਾ ਤੀਜੇ ਨੰਬਰ ਵਾਲਾ ਆ ਗਿਆ, ਲੈਫਟ ਔਰ ਰਾਈਟ ਵਾਲਾ ਸਟੇਅਰ ਸਟੇਅਰਿੰਗ ਨੂੰ ਲਾਈਏ, ਠੀਕ ਹੈ ਜੀ। ਆਹ ਜਿਹੜੀ ਅਪ ਡਾਊਨ ਆ ਇਹ ਆਪਾਂ ਤੁਹਾਨੂੰ ਦੱਸਦੇ ਹਾਂ, ਇਹ ਅਪ ਡਾਊਨ ਆ ਜੋ ਤੁਸੀਂ ਵੇਖ ਰਹੇ ਹੋ ਆ ਟਰੈਕਟਰ ਦੇ ਮਗਰ ਲੱਗੀ ਇੱਕ ਕਿੱਲੀ, ਇਹ ਲੈਫਟ ਵਾਲੀ ਟਰਾਲੀ ਵਾਸਤੇ ਆਪਾਂ ਪੁਆਇੰਟ ਛੱਡਿਆ ਹੈ। ਜੋ ਲੈਫਟ ਵਾਲੀ ਟਰਾਲੀ ਵੀ ਆਪਣੇ ਕੋਲ, ਉਹਦੀ ਵੀ ਵੀਡੀਓ ਲੈ ਕੇ ਆਵਾਂਗੇ, ਇਹ ਅਪ ਡਾਊਨ ਵਾਸਤੇ ਉਸ ਵਾਸਤੇ ਆ। ਆਹ ਤੁਹਾਨੂੰ ਪਤਾ ਹੀ ਔਨ ਆਫ, ਅਤੇ ਜਿਹੜੀ ਆਹ ਇੱਕ ਸਵਿੱਚ ਰਹੇਗੀ ਇਹ ਐਸ ਦੀ, ਵੇਖ ਸਕਦੇ ਹਾਂ ਤੁਸੀਂ ਇਹ ਆਪਦੀ ਲੈਫਟ ਟਰੈਕਟਰ ਦੀ ਅਪ ਅਤੇ ਡਾਊਨ ਹੋ ਚੁੱਕ ਰਹੀ ਆ। ਇਸ ਦੀ ਵੀ ਤੁਹਾਨੂੰ ਖਾਸੀਅਤ ਦੱਸਦੇ ਹਾਂ, ਇਕੱਲੀ ਲੈਫਟ ਹੀ ਨਹੀਂ, ਇਸ ਵਿੱਚ ਆਪਾਂ ਟਰੈਕਟਰ ਦਾ ਇੱਕ ਪਾਰਟ ਲਾਇਆ ਜੋ ਤੁਸੀਂ ਵੇਖ ਸਕਦੇ ਹੋ, ਤੁਹਾਨੂੰ ਇੱਕ ਪਾਸੇ ਉੱਚੀ ਔਰ ਨੀਵੀਂ ਹੋ ਸਕਦੀ ਹੈ ਲੈਫਟ। ਇਸ ਵਿੱਚ ਆਪਾਂ ਇੱਕ ਨਾਟ ਲਾਇਆ ਹੈ, ਵੇਖ ਸਕਦੇ ਹੋ ਤੁਸੀਂ, ਇਹ ਖੁੱਲ੍ਹ ਵੀ ਜਾਂਦਾ ਅਤੇ ਕਸਿਆ ਵੀ ਜਾਂਦਾ ਹੈ। ਇਸ ਨੂੰ ਆਪਾਂ ਇਸ ਤਰ੍ਹਾਂ ਕਸਾਂਗੇ ਤਾਂ ਇੱਕ ਪਾਸੋਂ ਲੈਫਟ ਉੱਚੀ ਹੋ ਜੂਗੀ, ਇੱਕ ਪਾਸੋਂ ਨੀਵੀਂ ਹੋ ਜੂਗੀ। ਤੁਸੀਂ ਵੇਖ ਰਹੇ ਹੋ ਇੱਧਰਲੀ ਲੈਫਟ ਤਾਂ ਹੋ ਗਈ ਔਰ ਇੱਧਰਲੀ ਨੀਵੀਂ ਹੋ ਗਈ ਆ, ਇਸ ਨੂੰ ਆਪਾਂ ਉੱਚੀ ਨੀਵੀਂ ਕਰ ਸਕਦੇ ਹਾਂ, ਮੇਰੇ ਕਹਿਣ ਦਾ ਮਤਲਬ ਆ। ਅਤੇ ਦੂਜੇ ਜੋ ਇਸਦਾ ਡੰਡਾ ਵੀ ਆਪਾਂ ਦਿੱਤਾ, ਇਹ ਵੀ ਇਸ ਤਰ੍ਹਾਂ ਪਾਇਆ ਪਿਆ, ਆਪਾਂ ਕਸਾ ਸਕਦੇ ਹਾਂ, ਪਾਇਆ ਪਿਆ ਆਪਾਂ ਖੋਲ੍ਹ ਸਕਦੇ ਹਾਂ, ਕੋਈ ਇਸ ਨੂੰ ਕੱਢ ਕੇ ਜਾਂ ਇਸ ਨੂੰ ਬਾਹਰ ਕੱਢ ਕੇ ਨਹੀਂ ਖੋਲ੍ਹ ਸਕਦੇ। ਇਸ ਨੂੰ ਇਸ ਤਰ੍ਹਾਂ ਆਪਾਂ ਕੱਸ ਸਕਦੇ ਹਾਂ ਔਰ ਖੋਲ੍ਹ ਸਕਦੇ ਹਾਂ, ਨਾਲੇ ਇਸ ਨੂੰ ਡੰਡਾ ਖੋਲ੍ਹਦਾ ਅਤੇ ਇਹ ਨਿਕਲ ਵੀ ਜਾਂਦਾ, ਠੀਕ ਹੈ ਜੀ। ਅਤੇ ਸਰ ਇੱਕ ਮੇਨ ਗੱਲ ਇਸਦੀ, ਆਪਾਂ ਇਸਦੀ ਹੁੱਕ ਜੋ ਉੱਚੀ ਨੀਵੀਂ ਕਰ ਸਕਦੇ ਹਾਂ। ਇਸ ਵਿੱਚ ਆਪਾਂ ਚਾਰ ਸਾਲ ਲਾਏ ਨੇ, ਚਾਰ ਆਹ ਸਭ ਤੋਂ ਨੀਵੇਂ ਸਾਲ 'ਚ ਕਸੀ ਜਾਊ, ਹੁੱਕ ਆਹ ਇਸ ਤੋਂ ਉੱਚੀ ਔਰ ਇਸ ਤੋਂ ਉੱਚੀ ਆਹ ਸਾਲ 'ਚ, ਸਭ ਤੋਂ ਉੱਚੀ ਆਹ ਵਾਲੇ ਸਾਲ 'ਚ ਕਸੀ ਜਾਊਗੀ। ਇਹ ਆਪਾਂ ਚਾਰਾਂ ਸਾਲਾਂ 'ਚ ਕਰ ਸਕਦੇ ਹਾਂ। ਇਸਦੀ ਜੋ ਆ ਫੱਟੀ ਫੱਟੀ ਹੈ, ਜੋ ਆਪਾਂ ਇਹ ਰਬੜ ਪਾਈ ਆ ਤਾਂ ਕਿ ਫੱਟੀ ਨਿਕਲੇ ਨਾ, ਵੈਸੇ ਲਿੰਕਾਂ ਖੁੱਲ੍ਹੀਆਂ ਨੇ, ਫੱਟੀ ਛੋਟੀ ਆ। ਅਤੇ ਦੂਜੇ ਨੰਬਰ 'ਤੇ ਆਪਾਂ ਇਸਦੇ ਡੈੱਕ ਲਾਇਆ ਹੈ, ਉਹ ਤੁਹਾਨੂੰ ਅਗਲੀ ਵੀਡੀਓ 'ਚ ਲਾ ਕੇ ਵਿਖਾਵਾਂਗੇ, ਬਾਕੀ ਤੁਹਾਨੂੰ ਊਂ ਔਨ ਕਰਕੇ ਵਿਖਾ ਦਿੰਦੇ ਹਾਂ। ਆਹ ਇਸ ਵਿੱਚ ਇੱਕ ਬਟਨ ਲਾਏ ਆਪਾਂ, ਲਾਏ ਆ ਔਨ ਔਰ ਆਫ। ਆਹ ਤੁਸੀਂ ਆਵਾਜ਼ ਸੁਣ ਲਈ ਹੋਊਗੀ, ਉਹ ਡੈੱਕ ਚੱਲਣ ਲਈ ਤਿਆਰ ਹੋ ਗਿਆ, ਪਰ ਮੇਰੇ ਕੋਲ ਐਟ ਏ ਟਾਈਮ ਚਿੱਪ ਹੈਗੀ ਆ, ਤੁਹਾਨੂੰ ਲਾ ਕੇ ਵਿਖਾਉਣਾ ਹੈ। ਆ ਤੁਸੀਂ ਵੇਖ ਸਕਦੇ ਆਪਾਂ ਇਸ ਵਿੱਚ ਡੈੱਕ ਲਾਇਆ ਹੈ, ਆਪਾਂ ਡੈੱਕ ਲਾਇਆ, ਇਹ ਚੱਲਦਾ ਹੈ, ਅੱਗੇ ਵੀ ਤੁਹਾਨੂੰ ਦੱਸਦੇ ਹਾਂ। ਹੁਣ ਆਪਾਂ ਡੈੱਕ ਨੂੰ ਬੰਦ ਕਰਤਾ, ਅਤੇ ਆਪਾਂ ਇਸ ਵਿੱਚ ਇੱਕ ਹੋਰ ਪ੍ਰੋਜੈਕਟ ਲਾਇਆ, ਇੱਕ ਪੱਖੀ ਲਾਈ ਆ ਜੋ ਟਰੈਕਟਰ 'ਤੇ ਬੈਠੇ ਆਦਮੀ ਵਾਸਤੇ ਹਵਾ ਵਾਸਤੇ ਹੁੰਦੀ ਆ। ਆਹ ਵੇਖ ਸਕਦੇ ਹਾਂ ਆਪਾਂ ਪੱਖੀ ਲਾਈ ਆ, ਆਹ ਤੁਹਾਨੂੰ ਦੱਸਦੀ ਵੀ ਹੋਊਗੀ। ਆਵੇ ਇੱਕ ਛੋਟੀ ਜਿਹੀ ਪੱਖੀ ਲਾਈ ਆ, ਜੋ ਇੱਥੇ ਇਹਦੀ ਸੁੱਚ ਲਾਈ ਆ, ਇੱਥੇ ਹਵਾ ਦਿੰਦੀ ਹੈ, ਸਿੱਧੀ ਕੁਰਸੀ ਨੂੰ ਹਵਾ ਆਉਂਦੀ ਹੈ ਇਹਦੀ, ਕਿਤੇ ਹੋਰ ਹਵਾ ਨਹੀਂ ਜਾਂਦੀ ਜੀ। ਇਹ ਤੁਹਾਨੂੰ ਆਪਾਂ ਇਹ ਵਿਖਾਉਂਦੇ ਹਾਂ, ਇੱਕ ਮਿੰਟ। ਆਹ ਤੁਸੀਂ ਵੇਖ ਰਹੇ ਹੋ ਕੱਪੜਾ ਆਵੇ ਹਿੱਲਣ ਲੱਗ ਜਾਂਦਾ, ਜਦੋਂ ਆਪਾਂ ਪੱਖੀ ਔਨ ਕਰ ਦਿੰਦੇ ਹਾਂ ਅਤੇ ਆਪਾਂ ਪੱਖੀ ਬੰਦ ਕਰਦੇ ਹਾਂ। ਆਹ ਤੁਸੀਂ ਵੇਖ ਰਹੇ ਕੱਪੜਾ ਬਿਲਕੁਲ ਨਹੀਂ ਹਿੱਲਦਾ, ਆਹ ਕੱਪੜਾ ਜਿਵੇਂ ਲੈਂਦੇ ਵੀ ਪੱਖੀ ਦੀ ਹਵਾ ਆਉਂਦੀ ਆ। ਅਤੇ ਲਾਈਟਾਂ ਵੀ ਆਪਾਂ ਲਾਈਆਂ ਨੇ, ਜੋ ਲਾਈਟਾਂ ਦੇ ਸਵਿੱਚ ਆਪਾਂ ਇੱਧਰ ਲਾਈ ਆ, ਆਹ ਤੁਸੀਂ ਵੇਖ ਸਕਦੇ ਹੋ ਅਤੇ ਐੱਲ ਈ ਡੀ ਲਾਈਟਾਂ ਲਾਈਆਂ ਨੇ। ਆਹ ਸੂ ਬਲਬ ਖਰਾਬ ਹੋ ਗਿਆ ਹੈ, ਕਦੇ ਜਗ ਪੈਂਦਾ ਕਦੇ ਵੱਜ ਪੈਂਦਾ, ਜੋ ਇਸ 'ਤੇ ਸ਼ੋਅ ਵਿੱਚ ਲਾਈਟਾਂ ਲਾਈਆਂ ਨੇ, ਔਰ ਇੱਧਰ ਮਰਗਾਟਾਂ 'ਚ ਔਰ ਛਤਰੀ ਦੇ ਵੀ ਬੈਕ ਸਾਈਡ ਲਾਈਆਂ ਨੇ ਲਾਈਟਾਂ। ਅਤੇ ਆਪਾਂ ਇਸਦੀ ਅੱਗੇ ਵੀਡੀਓ ਲੈ ਕੇ ਆਵਾਂਗੇ, ਜੋ ਇਸ ਚਲਾ ਕੇ ਵਿਖਾਵਾਂਗੇ। ਆਪਾਂ ਇੱਕ ਤਵੀਆਂ ਬਣਾਈਆਂ ਨੇ, ਪ੍ਰੈਸ਼ਰ ਵਾਲੀਆਂ ਤਵੀਆਂ ਬਣਾਈਆਂ ਨੇ, ਜੋ ਪ੍ਰੈਸ਼ਰ 'ਤੇ ਖੁੱਲ੍ਹਦੀਆਂ ਨੇ। ਅਤੇ ਆਪਾਂ ਇਸਦੀ ਸ਼ੋਅ ਵੀ ਖੁੱਲ੍ਹੀ ਕੀਤੀ ਆ, ਤੁਸੀਂ ਵੇਖ ਸਕਦੇ ਹੋ ਇਸਦੀ ਸ਼ੋਅ ਇਸ ਤਰ੍ਹਾਂ ਖੁੱਲ੍ਹ ਕੇ, ਔਰ ਇੱਥੇ ਕੁੰਡੀ ਕੁੰਡੀ ਲੱਗ ਜਾਂਦੀ ਹੈ ਸ਼ੋਅ ਦੀ, ਨਾ ਇੱਧਰ ਹੁੰਦੀ ਆ ਨਾ ਇੱਧਰ ਹੁੰਦੀ ਆ, ਪਰ ਇਹ
ਸ਼ੂ ਆਪਾਂ ਲਾ ਕੇ ਇਸਦਾ ਲੋਕ ਲਾਇਆ ਹੈ, ਜੋ ਆਪਾਂ ਇੱਥੋਂ ਲੋਕ ਲਾ ਦਿੰਦੇ ਹਾਂ ਇਸ ਤਰ੍ਹਾਂ, ਜੋ ਹੁੰਦਾ ਨਾਟ ਦੇ ਆਹ ਤੁਸੀਂ ਵੇਖ ਰਹੇ ਹੋ ਹੁਣ ਇਹ ਸ਼ੂ ਖੁੱਲ੍ਹਦੀ ਨਹੀਂ ਬਿਲਕੁਲ ਵੀ। ਬਾਕੀ ਇਸ 'ਤੇ ਆਪਾਂ ਹਰ ਇੱਕ ਪਾਰਟ ਲਾਇਆ ਹੈ, ਅਤੇ ਬਾਕੀ ਆਪਾਂ ਅੱਗੇ ਵੀਡੀਓ ਲੈ ਕੇ ਆਵਾਂਗੇ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਇੱਕ ਆਪਾਂ ਪ੍ਰੈਸ਼ਰ ਵਾਲੀਆਂ ਤਵੀਆਂ ਬਣਾਈਆਂ ਨੇ, ਜਿਹੜੇ ਨਾਟ ਵਗੈਰਾ ਮਗਰ ਵੀ ਉਹ ਵੀ ਜਲਦ ਲੈ ਕੇ ਆਵਾਂਗੇ, ਉਹ ਤਵੀਆਂ ਦਾ ਵੀ ਵੀਡੀਓ। ਅਤੇ ਤਦ ਤੱਕ ਲਈ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ। ਧੰਨਵਾਦ।